ਆਰਡੀਨੈਂਸ ਪਾਸ ਕੀਤੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੇ ਮਨ ਦੇ ਵਿੱਚ ਬਹੁਤ ਵੱਡੀ ਤੋਖਲੇ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਕਿਸਾਨ ਲਗਾਤਾਰ 2 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਹੈ ਲੇਕਿਨ ਭਾਰ ਸਰਕਾਰ ਦੇ ਕੰਨਾਂ ਦੇ ਉੱਤੇ ਜਿਹੜਾ ਹੈ ਉਹ ਜੋ ਨਹੀਂ ਸਰਕੇ ਜ ਵੱਡਾ ਅੰਦੋਲਨ ਕਿਸਾਨ ਦਿੱਲੀ ਛੇੜਨ ਵਾਸਤੇ ਜਾ ਰਹੇ ਸੀ ਔਰ ਰਸਤੇ ਦੇ ਵਿੱਚ ਇਸ ਤਰ੍ਹਾਂ ਜਿਹੜਾ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਿਹਾ ਕੀਤਾ ਗਿਆ ਹੈ ਜਿਵੇਂ ਕਿਸੇ ਬਾਹਰਲੇ ਮੁਲਕ ਦੀ ਫੌਜ ਨੂੰ ਰੋਕਣ ਦਾ ਜਿਹੜਾ ਉਹ ਯਤਨ ਕੀਤਾ ਗਿਆ ਹੋਵੇ ਖਾਈਆਂ ਪੁੱਟੀਆਂ ਗਈਆਂ ਵੱਡੇ ਪੱਥਰ ਜਿਹੜੇ ਆ ਉਹ ਰੱਖੇ ਗਏ ਆ ਔਰ ਫੌਜ ਕੋਲ ਜੋ ਸੂਲੇ ਹੁੰਦੇ ਨੇ ਸੜਕਾਂ ਦੇ ਉੱਤੇ ਵਿਛਾਉਣ ਵਾਸਤੇ ਦੁਸ਼ਮਣ ਦੀ ਆਮਦ ਨੂੰ ਰੋਕਣ ਵਾਸਤੇ ਉਹੀ ਜਿਹੜੇ ਆ ਉਪਰਯੋਗ ਕੀਤੇ ਗਏ ਨੇ ਹਰਿਆਣਾ ਸਰਕਾਰ ਵੱਲੋਂ ਖਾਸ ਤੌਰ ਦੇ ਉੱਤੇ ਇਹ ਬਹੁਤ ਮੰਦਭਾਗੀਆਂ ਘਟਨਾਵਾਂ ਨੇ ਤੇ ਜਿਹੜੇ ਨੌਜਵਾਨ ਨੇ ਵਾਟਰ ਕੈਨਨ ਨੂੰ ਬੰਦ ਕਰਨ ਦਾ ਯਤਨ ਕੀਤਾ ਉਹਦੇ ਉੱਤੇ 302 307 ਵਰਗੇ ਗੰਭੀਰ ਜਿਹੜੇ ਮਾਮਲੇ ਆ ਉਹ ਦਰਜ ਕੀਤੇ ਗਏ ਆ ਇਹ ਬਹੁਤ ਕਨਾਉਣਾ ਜਿਹੜਾ ਹੈ ਸਰਕਾਰ ਦਾ ਕਰਮ ਹੈ ਕਿਉਂਕਿ ਕਿਸਾਨ ਜਿਹੜੇ ਹੈ ਉਹ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹੈ ਔਰ ਕੱਲੇ ਪੰਜਾਬ ਦੇ ਨਹੀਂ ਹਰਿਆਣੇ ਦੇ ਕਿਸਾਨ ਕਰ ਰਹੇ ਹੈ ਰਾਜਸਥਾਨ ਯੂਪੀ ਪੂਰੇ ਭਾਰਤ ਦੇ ਕਿਸਾਨ ਕਰ ਰਹੇ ਔਰ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੀ ਗੱਲ ਨੂੰ ਸੁਣਨ ਦੀ ਬਜਾਏ ਉਲਟਾ ਕਿਸਾਨਾਂ ਦੇ ਉੱਤੇ ਤਸ਼ੱਦਦ ਜਿਹੜਾ ਉਹ ਕਰ ਰਹੀ ਹੈ ਇਹ ਬਹੁਤ ਮੰਦ ਭਾਗ ਹੈ ਫਿਰ ਵੀ ਕਿਸਾਨਾਂ ਦੀ ਦਰਿਆਦਿਲੀ ਦੇਖੋ ਜਿਹੜੇ ਸਾਡੇ ਪੁਲਿਸ ਦਾ ਕਰਮਚਾਰੀ ਹੈ ਜਿਹੜੇ ਸਰਕਾਰ ਦੇ ਆਦੇਸ਼ਾਂ ਦੇ ਉੱਤੇ ਕਿਸਾਨਾਂ ਨੂੰ ਰੋਕਣ ਵਾਸਤੇ ਇਕੱਠੇ ਹੋਏ ਆ ਉਹਨਾਂ ਨੂੰ ਕਿਸਾਨ ਜਿਹੜੇ ਆ ਓ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਸ਼ਿਕਾਰੇ ਇਹ ਸਾਡੀ ਪਰੰਪਰਾ ਹੈ ਸਾਡੀ ਮਰਿਆਦਾ ਹੈ 18ਵੀਂ ਸਦੀ ਦਾ ਇਤਿਹਾਸ ਵੀ ਸਾਨੂੰ ਇਹੋ ਕੁਝ ਸਿਖਾਉਂਦਾ ਹੈ ਖਾਲਸੇ ਨੇ ਸਾਹਮਣੇ ਮੋਗਲ ਫੌਜਾਂ ਸਨ ਪਰ ਜਦੋਂ ਲੰਗਰ ਤਿਆਰ ਹੋਇਆ ਤੇ ਮੋਗਲ ਫੌਜਾਂ ਜਿਹੜੀਆਂ ਘੇਰਾ ਪਾ ਕੇ ਬੈਠੀਆਂ ਸੀ ਉਹਨਾਂ ਨੂੰ ਵੀ ਕਨੂਵਾਲ ਦੇ ਸ਼ਾਮ ਦੇ ਵਿੱਚ ਲੰਗਰ ਪ੍ਰਸ਼ਾਦਾ ਪਾਣੀ ਸ਼ਿਕਾਇਆ ਔਰ ਖੁਸ਼ੀ ਹੈ ਇਸ ਗੱਲ ਦੀ ਕਿ ਕਿਸਾਨਾਂ ਨੇ ਆਪਣੇ ਉਸ ਮਾਨਮਤੇ ਸ਼ਾਨਮਤੇ ਇਤਿਹਾਸ ਨੂੰ ਦੁਹਰਾਇਆ ਹੈ। ਸਿਪਾਈਆਂ ਨੂੰ ਜਿਹੜਾ ਲੰਗਰ ਸ਼ਿਕਾ ਕੇ ਤੇ ਬੜੀ ਵੱਡੀ ਜ਼ਰੂਰਤ ਹੈ ਅੱਜ ਇਹ ਕਿਸਾਨਾਂ ਦਾ ਸਾਥ ਦੇਣ ਦੀ। 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ। ਜਿੱਥੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣਾ ਹੈ। ਉੱਥੇ ਸਮੁੱਚੇ ਸਿੱਖ ਪੰਥ ਨੂੰ ਅਰਦਾਸ ਕਰਨੀ ਚਾਹੀਦੀ ਹੈ ਗੁਰਪੁਰ ਵਾਲੇ ਦਿਨ। ਅਕਾਲ ਪੁਰਖ ਦੇ ਅੱਗੇ ਕਿ ਸੱਚੇ ਪਾਤਸ਼ਾਹ ਸਮੁੱਚੇ ਭਾਰਤ ਦੇ ਕਿਸਾਨਾਂ ਦੇ ਉੱਤੇ ਮਿਹਰ ਪਰੇ ਹੱਥ ਰੱਖੇ ਤੇ ਭਾਰਤ ਸਰਕਾਰ ਦੇ ਕਹਿਰ ਤੋਂ ਇਹਨਾਂ ਕਿਸਾਨਾਂ ਦੀ ਰੱਖਿਆ ਕਰੇ ਤੇ ਕਿਸਾਨ ਜਿਨ੍ਹਾਂ ਵਾਅਦਾ ਮੰਗਾਂ ਨੂੰ ਲੈ ਕੇ ਜਿਹੜੇ ਆ ਉਹ ਚੱਲੇ ਨੇ ਦਿੱਲੀ ਵਾਹਿਗੁਰੂ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈ ਉਹ ਪੂਰੀਆਂ ਕਰਵਾਉਣ ਲਈ ਇਹਨਾਂ ਨੂੰ ਹਿੰਮਤ ਹੌਸਲਾ ਬਲ ਬਖਸ਼ੇ ਔਰ ਭਾਰਤ ਸਰਕਾਰ ਨੂੰ ਸਮਤ ਬਖਸ਼ੇ ਇਹ ਅਰਦਾਸ ਜਿਹੜੀ ਹੈ ਗੁਰਪੁਰਬ ਵਾਲੇ ਦਿਨ ਸਮੂਹ ਸਿੱਖ ਪਾਈਚਾਰੇ ਨੂੰ ਵਿਸ਼ਵ ਦੇ ਵਿੱਚ ਵਸਦੇ ਪਾਈਚਾਰੇ ਨੂੰ ਕਰਨੀ ਚਾਹੀਦੀ ਹੈ ਕੀਤੀ ਜਾਣੀ ਚਾਹੀਦੀ ਹੈ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੀਏ ਰਲ ਮਿਲ ਕੇ ਕਰੀਏ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ